ਦੱਸੀ ਕਿ ਉਹ ਪੰਜਾਬ ਨੂੰ ਜਿਹੜਾ ਮੇਰਾ ਪੰਜਾਬ ਸੀ ਮਤਲਬ ਸ਼ੁਕਰ ਹੈ ਪਰਮਾਤਮਾ ਦਾ ਕਿ ਤੁਹਾਡੇ ਵਰਗੇ ਬੰਦੇ ਕੁਛ ਬੋਲ ਰਹੇ ਨੇ ਪੰਜਾਬ ਦੇ ਵਿੱਚ ਕਰਦੇ ਰੌਣਕਾਂ ਦੇਖੋ ਅਸੀਂ ਅੱਜ ਇੱਥੇ ਇੰਨੀਆਂ ਲੱਗੀ ਸੀ ਨਾ ਬੜੇ ਸਾਲਾਂ ਬਾਅਦ ਨੇ ਤਾਂ ਕੈਂਪ ਆਫਿਸ ਬੁਲਾਉਣਾ ਪਰਮਾਤਮਾ ਸਮਰੱਥਾ ਔਰ ਜਿਹੜੀ ਜਿੰਨਾ ਤੁਸੀਂ ਪੰਜਾਬ ਦੇ ਚੰਗਾ ਹੋ ਚੰਗਾ ਪਤਾ ਤੁਸੀਂ ਕਹਿਣਾ ਮੈਂ ਤਾਂ ਇੱਕ ਬੱਸ ਰੋਜ਼ ਨਹੀਂ ਖਰੀਦਣੀ ਹੋਏ ਇੰਨੇ ਹੋਏ ਇੰਨੇ ਬੰਦੇ ਹੋਏ ਭਗਤੀ ਕਰਨ ਮਤਲਬ ਏਦਾਂ ਲੱਗਦਾ ਸੀ ਕਿ ਸੱਚੀ ਪੁੱਛੀ ਕੁਛ ਹੋ ਰਿਹਾ ਸ਼ੁਰੂ ਹੋਇਆ ਹੋਣਾ ਕੋਈ ਕਹਿੰਦਾ ਹੀ ਨਹੀਂ ਹੈਗਾ ਐਂਡ ਸਾਨੂੰ ਵੀ ਇਸ ਗੱਲ ਨਾਲ ਚਾਅ ਚੜਦਾ ਜਦੋਂ ਤੁਹਾਡੇ ਅੱਗੇ ਲੋਕ ਸਾਨੂੰ ਹੌਸਲਾ ਪਤਾ ਮੈਂ ਕੈਪਟਨ ਸਾਹਿਬ ਨੂੰ 7 ਪੇਜਾਂ ਦੀ ਚਿੱਠੀ ਦੇ ਜਵਾਬ ਚ 2 ਪੇਜ ਦੀ ਚਿੱਠੀ ਲਿਖੀ ਤੇ ਉਹ ਚਿੱਠੀ ਮੈਂ ਤੁਹਾਨੂੰ ਵੀ ਭੇਜ ਦਾਂਗਾ ਪਲੀਜ਼ ਭੇਜੋ ਜ਼ਰੂਰ ਕਿਉਂਕਿ ਮੈਨੂੰ ਵੀ ਇਹ ਲੱਗਦਾ ਸੀਗਾ ਕਿ ਮਤਲਬ ਮੇਰਾ ਪੰਜਾਬ ਮੈਨੂੰ ਮੇਰੇ ਫਾਦਰ ਨੇ ਆਪਸ਼ਨ ਦਿੱਤੀ ਸੀ ਕਿ ਤੁਸੀਂ ਆਈਦਰ ਬਾਹਰ ਵਿਆਹ ਕਰਾ ਲਓ ਤੇ ਜਾਂ ਇੰਡੀਆ ਮੈਂ ਕਿਹਾ ਸੀ ਮੈਂ ਮੇਰੇ ਪੰਜਾਬ ਨੂੰ ਛੱਡ ਕੇ ਮੈਂ ਤਾਂ ਨਹੀਂ ਜੀ ਨਹੀਂ ਸਕਦੀ ਮਤਲਬ ਮੈਂ ਇੰਨਾ ਤਾਂ ਲੱਗਦਾ ਵੀ ਹੁਣ ਤੁਹਾਡੇ ਸਾਰਿਆਂ ਦੇ ਵਿੱਚ ਪਰਮਾਤਮਾ ਦੁਬਾਰਾ ਫਿਰ ਪੰਜਾਬ ਦਾ ਜ਼ਰੂਰ ਚੰਗਾ ਕਰ ਮੈਂ ਪਰਸਨਲ ਫੋਨ ਤੇ ਜਾਂ ਵਟਸਐਪ ਜਾਂ ਨਹੀਂ ਮੇਰੇ